हाँ जी, किदा फिर यार की दसा ना, कुछ लोग सुधर नहीं सकते। जिन्हें मर्जी समझा लो, 15 मिनट की वीडियो तक पा दो पूरे लॉजिक्स विद डिटेल्स, पर इन्हें अकल नहीं होनी है। इन्होंने की करना, गल्लां नू गोल मटोल करके प्रेजेंट अपने आप नू ऐ करना कि मैं तो सही कीता सी जो कीता सी। मतलब लोगों नू इमोशनल फूल बनाने की पूरी पूरी कोशिश करनी है, बट तुसी समझदार हो यार, भाई तुसी इमोशनल फूल नहीं बनते हो। तो वह पता लगता इन्हों की वीडियो थले जो कॉमेंट सैक्शन से भर भर के लापा करते हो। सरदार जी हुण हरकतों तो बाज नहीं आए, तो उन्होंने एक होर काइंड ऑफ रिप्लाई वीडियो बना दी है। तो जी आह इस वीडियो से पिछली वीडियो तो होने वाली कमाई के नाल सिद्धू मूसेवाले की याद में एक ट्री प्लांटेशन ड्राइव ऑर्गेनाइज कराई जाएगी। हाँ आ वधिया ना, पहला मोनेटाइज करके पैसे कमा लो, वीडियो तो पैसे कमाओ, फिर जो लोगों ने बुरा भला बोलिया तुहाडी लापा कीती कमेंट विच, फिर तुसी समाज सेवक बन जाओ भी मैं ये पैसा ये चंगे काम चला रहा हूं। चलो कोई गल नहीं यार, बंदे नूं अकल तां आई, रब दा बहुत शुक्र आ कि अकल आई कि चंगे पासे पैसे ला रहे हूं। पिछले 2 सालों तो असीं सिर्फ अते सिर्फ पंजाबी फिल्मां ते गाणियां दा रिव्यू कीता है, कलाकारां बारे गलबात कीती है। जे अज उन्हां विचों एक सब तो वड्डा कलाकार साडे विच नहीं रहा ते की असीं उहदे ते एक ट्रिब्यूट वीडियो भी नहीं बना सकते। जिस कलाकार दा म्यूजिक पूरे पंजाब ने सुनिया कि असीं उहनूं थैंक यू भी नहीं कर सकते पंजाबी म्यूजिक विच दित्ते गए उसदे कॉन्ट्रीब्यूशन लई। सरदार जी असीं कदों मना कीता सी वी तुसीं वीडियो ना पाओ, पा दिंदे वीडियो, एटलीस्ट असीं कहा सी संस्कार तक तां वेट कर लो, पर तुसीं वेट ही नहीं कीती, तुसीं 11-12 घंटे च एडिट शूट करके पाती। असीं उह गल नूं मना करदे सी, ट्रिब्यूट बनाओ, थोड़ा साथ लै लैंदे ट्रिब्यूशन लई। ट्रिब्यूट वीडियो तां ਉਦੋਂ ਵੀ ਬਣਾਈ ਸੀ ਜਦੋਂ ਲਤਾ ਮੰਗੇਸ਼ਕਰ ਜੀ ਸਾਨੂੰ ਛੱਡ ਕੇ ਗਏ ਸਨ। ਟ੍ਰਿਬਿਊਟ ਵੀਡੀਓ ਤਾਂ ਉਦੋਂ ਵੀ ਬਣਾਈ ਸੀ ਜਦੋਂ ਗੁਰਮੀਤ ਬਾਬਾ ਜੀ ਸਾਨੂੰ ਛੱਡ ਕੇ ਗਏ ਸਨ। ਵੀਡੀਓ ਤਾਂ ਉਦੋਂ ਵੀ ਬਣਾਈ ਸੀ ਜਦੋਂ ਸਦੂਲ ਸਿਕੰਦਰ ਸਾਹਿਬ ਇਹ ਦੁਨੀਆ ਛੱਡ ਕੇ ਗਏ ਸਨ, ਪਰ ਉਦੋਂ ਇਹਨਾਂ ਵਿੱਚੋਂ ਕਿਸੇ ਵੀ ਯੂਟਿਊਬਰ ਨੇ ਇਹ ਵੀਡੀਓ ਨਹੀਂ ਬਣਾਈ ਵੀ ਸ਼ਰਮ ਕਰ ਲੈ ਸਰਦਾਸ ਟੇਕ, ਲਤਾ ਜੀ ਦੇ ਨਾਮ ਤੇ ਵਿਊਜ਼ ਖੱਟ ਰਿਹਾ ਹੈ, ਸ਼ਰਮ ਕਰ ਲੈ ਸਰਦਾਸ ਟੇਕ, ਗੁਰਮੀਤ ਬਾਬਾ ਜੀ ਦੇ ਨਾਮ ਤੇ ਵਿਊਜ਼ ਖੱਟ ਰਿਹਾ ਹੈ। ਮੈਂ ਤੁਹਾਨੂੰ ਇੱਕ ਵਾਰ ਯਾਦ ਕਰਵਾ ਦਾਂ ਸਰਦਾਰ ਜੀ ਕਿ ਲਤਾ ਮੰਗੇਸ਼ਕਰ ਜੀ ਤੇ ਗੁਰਮੀਤ ਬਾਬਾ ਜੀ ਆਪਣੀ ਉਮਰ ਭੋਗ ਕੇ ਅੰਡਰ ਨੈਚੁਰਲ ਸਰਕਮਸਟੈਂਸਿਸ ਕਾਰਨ ਇਹ ਸੰਸਾਰ ਛੱਡ ਕੇ ਗਏ ਸੀ। ਔਨ ਦੀ ਅਦਰ ਹੈਂਡ ਸਿੱਧੂ ਬਾਈ ਦਾ ਮਰਡਰ ਹੋਇਆ ਸੀ, ਕਤਲ ਹੋਇਆ ਸੀਗਾ। ਇਸ ਵਿੱਚ ਡਿਫਰੈਂਸ ਸਮਝਦੇ ਹੋ ਤੁਸੀਂ ਵੀ ਕੋਈ ਉਮਰ ਭੋਗ ਕੇ ਗਿਆ ਤੇ ਕੋਈ ਆਪਣੀ ਜਵਾਨੀ ਵੇਲੇ ਚਲਾ ਗਿਆ। ਮੈਂ ਟੋਟਲੀ ਅੰਡਰਸਟੈਂਡ ਕਰਦਾ ਵੀ ਤੁਸੀਂ ਲਤਾ ਮੰਗੇਸ਼ਕਰ ਜੀ ਲਈ ਗੁਰਮੀਤ ਬਾਬਾ ਜੀ ਲਈ ਟ੍ਰਿਬਿਊਟ ਬਣਾਇਆ ਤੇ ਉਹ ਵਧੀਆ ਗੱਲ ਵੀ ਹੈ, ਬਟ ਕਿਸੇ ਦੀ ਮਰਡਰ ਹੋ ਜਾਂਦਾ ਵਾ, ਆਲ ਆਫ ਸਡਨ ਆਪਾਂ ਨੂੰ ਇੱਕਦਮ ਸ਼ੌਕ ਹੋ ਜਾਂਦੇ ਤੇ ਉਸ ਤੋਂ ਬਾਅਦ ਤੁਹਾਨੂੰ ਇੰਨੀ ਕਿੰਨੀ ਕਾਲੀ ਪੈ ਗਈ ਸੀ ਵੀ ਮੈਂ ਫਟਾਫਟ ਟ੍ਰਿਬਿਊਟ ਬਣਾਦਾ ਹੈ, ਕਿੰਨੀ ਕਾਲੀ ਪੈ ਗਈ, ਇੰਨਾ ਕਿੰਨਾ ਕੁ ਪਿਆਰ ਸੀ, ਅਸੀਂ ਪਿਆਰ ਦੇਖਿਆ ਹੋਇਆ ਤੁਹਾਡਾ ਵੀ ਜਿਹੜੀਆਂ ਪੁਰਾਣੀਆਂ ਵੀਡੀਓਸ 'ਚ ਤੁਸੀਂ ਦਿਖਾਇਆ ਸਿੱਧੂ ਬਾਈ ਲਈ, ਤੇ ਤੁਹਾਨੂੰ ਆਲ ਆਫ ਸਡਨ ਬੜੀ ਰਾਤ ਨੂੰ ਬੜੀ ਕਾਲੀ ਟ੍ਰਿਬਿਊਟ ਆ ਗਿਆ ਹੈ। ਇਹ ਚੱਕਰ ਪਤਾ ਕੀ ਸੀਗਾ, ਇਹ ਚੱਕਰ ਸਾਰਾ ਖੇਲ ਚੱਕਰ ਸੀਗਾ, ਸਾਰਾ ਵਿਊਅਰਸ਼ਿਪ ਦਾ ਵੀ ਟ੍ਰੈਂਡਿੰਗ ਟੌਪਿਕ ਆ। ਮੈਂ ਮੌਕੇ ਤੇ ਚੌਕਾ ਮਾਰਦਾ ਸਰਦਾਰ ਜੀ, ਹੋਈ ਸੀ ਬਾਕੀ ਤੁਸੀਂ ਗੱਲਾਂ ਘੁਮਾ ਕੇ ਜਿਹੜੀਆਂ ਦੱਸੀਆਂ ਵੀ ਮੈਂ ਤਾਂ ਸਾਰਿਆਂ ਨੂੰ ਟ੍ਰਿਬਿਊਟ ਕਰਦਾ, ਮੇਰਾ ਬਣਦਾ ਸੀ ਮੈਂ ਉਹਨਾਂ ਨੂੰ ਵੀ ਦੇਤਾ, ਪਰ ਉਦੋਂ ਇਹਨਾਂ ਵਿੱਚੋਂ ਕਿਸੇ ਵੀ ਯੂਟਿਊਬਰ ਨੇ ਇਹ ਵੀਡੀਓ ਨਹੀਂ ਬਣਾਈ ਵੀ ਸ਼ਰਮ ਕਰ ਲੈ ਸਰਦਾਸ ਟੇਕ, ਲਤਾ ਜੀ ਦੇ ਨਾਮ ਤੇ ਵਿਊਜ਼ ਖੱਟ ਰਿਹਾ ਹੈ, ਸ਼ਰਮ ਕਰ ਲੈ ਸਰਦਾਸ ਟੇਕ, ਗੁਰਮੀਤ ਬਾਬਾ ਜੀ ਦੇ ਨਾਮ ਤੇ ਵਿਊਜ਼ ਖੱਟ ਰਿਹਾ ਹੈ, ਕਿਉਂਕਿ ਉਹ ਕਹਿਣ ਤੇ ਸ਼ਾਇਦ ਇਹਨਾਂ ਦੇ ਆਪਣੇ ਵਿਊਜ਼ ਨਹੀਂ ਸੁਣਾਉਣੇ। ਉਹ ਬਾਈ ਜੀ ਤੁਸੀਂ ਵਿਊਜ਼ ਦੀ ਗੱਲ ਨਾ ਰਹਿਣ ਹੀ ਦਿਓ ਤਾਂ ਚੰਗੀ ਗੱਲ ਆ। ਤੁਹਾਡੀ ਲਾਸਟ ਵੀਡੀਓ 'ਚ ਪਤਾ ਲੱਗਦਾ ਵਾ ਕਿਹੜੀ ਵੀਡੀਓ ਤੇ ਵਿਊਜ਼ ਜ਼ਿਆਦਾ ਆਏ ਨੇ, ਕਿਤੇ ਘੱਟ ਨੇ, ਜਿੱਥੇ ਤੇ ਬਾਈ ਜੀ ਦਾ ਨਾਮ ਆ ਨਾ ਉੱਥੋਂ ਤੇ ਵਿਊਜ਼ ਚੈੱਕ ਕਰ ਲਓ, ਤੇ ਤਾਂ ਤੁਸੀਂ ਵਿਊਜ਼ ਦੀ ਗੱਲ ਤਾਂ ਛੱਡ ਹੀ ਦਿਓ, ਤੇ ਉਸ ਦਿਨ ਵੀ ਤੁਸੀਂ ਨਾ ਮੌਕੇ ਦਾ ਫਾਇਦਾ ਚੱਕਿਆ ਸਿਰਫ ਆਪਣੀ ਵਿਊਅਰਸ਼ਿਪ ਕਰਕੇ। ਤੇ ਯਾਰ ਤੁਹਾਨੂੰ ਕਿਸੇ ਨੇ ਕਿਹਾ ਸੀ ਰਿਵਿਊ ਦੇਣ ਨੂੰ, ਲੱਗਦਾ ਤੁਸੀਂ ਬਾਈ ਜੀ ਦੇ ਕਹੇ ਹੋਏ ਸ਼ਬਦ ਭੁੱਲ ਗਏ। ਓਏ ਲੜੂ ਤੇਰੇ ਰਿਵਿਊ ਮੰਗੇ ਕਿਸੇ ਨੇ, ਚਲੋ ਐਨ ਫੋਲੋ ਕਰ ਮੈਨੂੰ ਕੁਸਾ। ਮੈਨੂੰ ਪਤਾ ਪੰਜਾਬ ਵਿੱਚ ਬਹੁਤ ਸਾਰੇ ਚੈਨਲਸ ਇਦਾਂ ਦੇ ਨੇ ਜਿਹੜੇ ਸਿਰਫ ਸਿੱਧੂ ਮੂਸੇਵਾਲੇ ਦੇ ਨਾਮ ਤੇ ਚੱਲਦੇ ਸਨ। ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਂ ਖੁੱਲ ਕੇ ਬੋਲਦਾ, ਮੇਰੇ ਚੈਨਲ ਦੀ ਮੋਸਟ ਵਿਊਡ ਸਭ ਨਾਲੋਂ ਜ਼ਿਆਦਾ ਵਿਊ ਵਾਲੀ ਵੀਡੀਓ ਸਿੱਧੂ ਬਾਈ ਜੀ ਦੀ ਆ, ਤੇ ਇਹਦੇ ਵਿੱਚ ਮੈਂ ਪ੍ਰਾਊਡ ਫੀਲ ਕਰਦਾ। ਇਹਦੇ ਵਿੱਚ ਕੋਈ ਡਿਸਰਿਸਪੈਕਟ ਵਾਲੀ ਗੱਲ ਆ ਵੀ ਸਿੱਧੂ ਬਾਈ ਦੇ ਕਰਕੇ ਵੀ? ਉਹ ਬਾਈ ਜੀ, ਮੈਂ ਉਹਨਾਂ ਦੀ ਵੀਡੀਓ ਕਾਮੇਡੀ ਬਣਾਉਂਦਾ ਸੀ, ਇੱਕ ਉਹਨਾਂ ਦੇ ਲਿਰਿਕਸ ਲੈ ਕੇ ਇੱਕ ਜੁਗਲਬੰਦੀ ਬਣਾਉਂਦਾ ਸੀ, ਸਕਿੱਟ ਬਣਾਉਂਦਾ ਸੀ, ਖੁਸ਼ ਹੁੰਦੇ ਸੀ ਸਾਰੇ ਦੇਖਦੇ ਸੀਗੇ, ਉਹ ਕਾਮੇਡੀ ਬਣਦੀ ਸੀ ਬੱਚਿਆਂ ਲਈ, ਥੋੜੇ ਜੋਕਸ ਬਣਦੇ ਸੀ, ਮੈਂ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਨਹੀਂ ਕਰਦਾ ਸੀ, ਬਟ ਤੁਸੀਂ ਧੱਕੇ ਨਾਲ ਰਿਵਿਊ ਕਰਦੇ ਸੀ ਗਾਣਿਆਂ ਦਾ ਤੇ ਸਿੱਧੂ ਬਾਈ ਦੇ ਹਰ ਇੱਕ ਗਾਣੇ ਨੂੰ ਮਾੜਾ ਦੱਸਦੇ ਸੀ, ਉਹਨਾਂ ਦੇ ਲਿਰਿਕਸ ਨੂੰ, ਉਹਨਾਂ ਦੀ ਲਿਖਤ ਨੂੰ ਤੁਸੀਂ ਮਾੜਾ ਦੱਸਦੇ ਸੀਗੇ ਉਹਨਾਂ ਦੇ। ਕਾਕਾ ਜੀ ਨੇ ਜਿਹੜੀ ਕੁੜੀ ਤੇ ਉਂਗਲ ਰੱਖ ਦਿੱਤੀ ਉਹਨਾਂ ਨੂੰ ਫਿਰ ਉਹ ਹੀ ਚਾਹੀਦੀ ਹੈ, ਕੁੜੀ ਦੀ ਮਰਜ਼ੀ ਭਾਵੇਂ ਹੋਵੇ ਜਾਂ ਨਾ ਹੋਵੇ, ਸਿੱਧੀ ਤਰ੍ਹਾਂ ਮੰਨ ਗਈ ਤੇ ਠੀਕ ਹੈ, ਨਹੀਂ ਤਾਂ ਬੜੇ ਭੜੇ ਧੱਕੇ ਛਾਈਆਂ ਚ। ਕੁੜੀਆਂ ਨੂੰ ਬਸ ਇੱਕ ਖਡੌਣਾ ਬਣਾ ਕੇ ਪੇਸ਼ ਕਰਦਾ ਇਹ ਗੀਤ ਹਰ ਪੱਖੋਂ ਗਲਤ ਹੈ। ਕੁੜੀਆਂ ਨੂੰ ਬਸ ਇੱਕ ਖਡੌਣਾ ਬਣਾ ਕੇ ਪੇਸ਼ ਕਰਦਾ ਇਹ ਗੀਤ ਹਰ ਪੱਖੋਂ ਗਲਤ ਹੈ। ਓਏ ਲੜੂ ਤੇਰੇ ਰਿਵਿਊ ਮੰਗੇ ਕਿਸੇ ਨੇ, ਚਲੋ ਐਨ ਫੋਲੋ ਕਰ ਮੈਨੂੰ ਕੁਸਾ। ਉਹਨਾਂ ਦੇ ਲਿਰਿਕਸ ਨੂੰ, ਉਹਨਾਂ ਦੀ ਲਿਖਤ ਨੂੰ ਤੁਸੀਂ ਮਾੜਾ ਦੱਸਦੇ ਸੀਗੇ, ਉਹਨਾਂ ਦੇ ਡਾਇਰੈਕਟਲੀ ਸੈਂਟੀਮੈਂਟਸ ਨੂੰ ਹਰਟ ਕਰਦੇ ਸੀ, ਦੈਟ ਇਜ਼ ਰੋਂਗ। ਉਹਨੂੰ ਕਹਿੰਦੇ ਆ ਵੀ ਸਿੱਧੂ ਬਾਈ ਦਾ ਨੈਗੇਟਿਵਿਟੀ ਫੈਲਾ ਕੇ ਵਿਊ ਲੈਣਾ, ਇੱਕ ਕਿਤੇ ਮੈਂ ਪੋਜ਼ਿਟਿਵਿਟੀ ਫੈਲਾ ਰਿਹਾ ਸੀ, ਪਤਾ ਨਹੀਂ ਕਿੰਨੇ ਲੋਕ ਹੱਸਦੇ ਸੀ ਉਹ ਵੀਡੀਓ ਦੇਖ ਕੇ। 4.5 45 lakh ਲੋਕਾਂ ਨੇ ਵੀਡੀਓ ਦੇਖੀ ਆ, ਤੇ ਥੱਲੇ ਜਾ ਕੇ ਕਮੈਂਟ ਸੈਕਸ਼ਨ ਦੇਖ ਲਓ ਵੀ ਕੀ ਉੱਥੇ ਲੋਕਾਂ ਨੇ ਖੁਸ਼ ਹੋ ਕੇ ਦੱਸਿਆ ਵਾ ਵੀ ਆਹ ਭਾਈ ਇੱਦਾਂ ਕਰਦਾ, ਤੁਸੀਂ ਇੱਦਾਂ ਕਰਦਾ, ਤੇ ਆਪਣੀ ਵੀਡੀਓ ਥੱਲੇ ਕਮੈਂਟ ਚੈੱਕ ਕਰ ਲਿਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਟ੍ਰਿਬਿਊਟ ਵੀਡੀਓ ਤਾਂ ਉਦੋਂ ਵੀ ਬਣਾਈ ਸੀ ਜਦੋਂ ਲਤਾ ਮੰਗੇਸ਼ਕਰ ਜੀ ਸਾਨੂੰ ਛੱਡ ਕੇ ਗਏ ਸਨ। ਬਾਕੀ ਇੱਕ ਗੱਲ ਕਹਿਣਾ ਚਾਹੂੰਗਾ, ਇਹ ਭਾਜੀ ਦਾ ਆਪਾਂ ਕੁਛ ਨਹੀਂ ਕਰ ਸਕਦੇ, ਲੇਕਿਨ ਆਪਾਂ ਆਪਣੀ ਬੋਡੀ ਦਾ ਤੇ ਬੋਡੀ ਦੀ ਵੈਲਨੈਸ ਲਈ ਜ਼ਰੂਰ ਕੁਛ ਕਰ ਸਕਦੇ ਹਾਂ, ਕਿਉਂਕਿ ਸਿਆਣਿਆਂ ਨੇ ਕਿਹਾ ਹੈਲਥ ਇਜ਼ ਵੈਲਥ, ਸਿਹਤ ਪਹਿਲਾਂ ਜ਼ਰੂਰੀ ਹੈ, ਤੇ ਸਿਹਤ ਵਧੀਆ ਕਿਵੇਂ ਰਹਿਣੀ ਹੈ ਉਹਦੇ ਲਈ ਤੁਹਾਨੂੰ ਆਹ ਵੀਡੀਓ ਦੇਖਣੀ ਪੈਣੀ ਹੈ। ਦੇਖੋ ਯਾਰ, ਮਾਈਂਡ ਦੀ ਵੈਲਨੈਸ ਲਈ ਮੈਂ ਆ ਗਿਆ ਪਹਾੜਾਂ ਤੇ, ਲੇਕਿਨ ਬੋਡੀ ਦੀ ਵੈਲਨੈਸ ਲਈ ਆਈ ਐਮ ਯੂਜ਼ਿੰਗ ਪਲਾਂਟ ਬੇਸਡ BCAA ਬਾਈ ਵਾਓ ਲਾਈਫ ਸਾਇੰਸ। ਯਾਰ ਤੁਹਾਨੂੰ ਪਤਾ ਹੀ ਆਪਣੀ ਬੋਡੀ ਦਾ ਬੇਸਿਕ
ਯੂਨਿਟ ਪ੍ਰੋਟੀਨ ਹੁੰਦਾ ਵਾ ਤੇ ਜਦੋਂ ਆਪਾਂ ਵਰਕਆਊਟ ਕਰਦੇ ਆ ਐਕਸਰਸਾਈਜ਼ ਕਰਦੇ ਆ ਆਪਣਾ ਮਸਲ ਟੀਅਰ ਹੁੰਦਾ ਵਾ ਬ੍ਰੇਕ ਹੁੰਦਾ ਵਾ ਬਿਲਡ ਹੋਣ ਤੋਂ ਪਹਿਲਾਂ ਤੇ ਜਦੋਂ ਮਸਲ ਟੀਅਰ ਹੋ ਗਿਆ ਬ੍ਰੇਕ ਹੋ ਰਿਹਾ ਉਹਦੀ ਰਿਕਵਰੀ ਲਈ ਕੁਛ ਤਾਂ ਚਾਹੀਦਾ ਵਾ ਨਾ ਉਹ ਹੈਲਪ ਕਰਦਾ ਵਾ BCAA ਬਾਈ ਵਾਓ ਲਾਈਫ ਸਾਇੰਸ ਬਟ ਕੈਸੇ ਕਿੱਦਾਂ ਕਰਦਾ ਹੈ ਸੋ ਗਾਇਸ ਬੇਸਿਕਲੀ ਇਸ BCAA ਵਿੱਚ ਤਿੰਨ ਅਮੀਨੋ ਐਸਿਡਸ ਨੇ ਲਿਊਸਿਨ ਆਈਸੋਲਿਊਸਿਨ ਐਂਡ ਵੈਲਿਨ ਇਨ ਦੀ ਰੇਸ਼ੋ 2:1:1 ਸੋ ਫਰਸਟ ਵਨ ਇਜ਼ ਲਿਊਸਿਨ ਲਿਊਸਿਨ ਹੈਲਪ ਇਨ ਗਰੋਥ ਐਂਡ ਰਿਪੇਅਰ ਆਫ ਮਸਲ ਸਕਿਨ ਐਂਡ ਬੋਨ ਐਂਡ ਸੈਕੰਡ ਇਜ਼ ਆਈਸੋਲਿਊਸਿਨ ਆਈਸੋਲਿਊਸਿਨ ਯਾਰ ਹੈਲਪ ਕਰਦਾ ਆਪਣੀ ਪੂਰੀ ਬੋਡੀ ਵਿੱਚ ਗਲੂਕੋਜ਼ ਟ੍ਰਾਂਸਪੋਰਟੇਸ਼ਨ ਫੈਟੀ ਐਸਿਡ ਮੈਟਾਬੋਲਿਜ਼ਮ ਪ੍ਰੋਟੀਨ ਮੈਟਾਬੋਲਿਜ਼ਮ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦਾ ਹੈ ਥਰਡ ਵਨ ਇਜ਼ ਵੈਲਿਨ ਵੈਲਿਨ ਆਪਣੀ ਪੂਰੀ ਬੋਡੀ ਵਿੱਚ ਐਨਰਜੀ ਲੈਵਲ ਨੂੰ ਮੇਨਟੇਨ ਰੱਖਦਾ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਦਾ ਹਾਰਮੋਨ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦਾ ਐਂਡ ਮੇਨਲੀ ਮਸਲ ਟਿਸ਼ੂ ਵਿੱਚ ਰਿਕਵਰੀ ਕਰਦਾ ਬਾਕੀ ਇਹਦੇ ਵਿੱਚ ਯਾਰ ਫਰੂਟ ਐਕਸਟ੍ਰੈਕਟ ਨੇ ਲਾਈਕ ਵਾਟਰਮੈਲਨ ਐਪਲ ਐਂਡ ਪਾਈਨਐਪਲ ਜਿਹੜਾ ਕਿ ਆਪਣੀ ਬੋਡੀ ਵਿੱਚ ਐਂਟੀ ਇਨਫਲੇਮੇਟਰੀ ਐਂਡ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਸੋ ਗਾਇਸ ਤੁਹਾਨੂੰ ਪਤਾ ਲੱਗਿਆ ਕਿ ਮਸਲ ਗਰੋਥ ਲਈ ਅਮੀਨੋ ਐਸਿਡਸ ਬਹੁਤ ਜ਼ਰੂਰੀ ਹੁੰਦੇ ਨੇ ਸੋ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਇਹ ਸਪਲੀਮੈਂਟ ਆਪਣੀ ਡਾਈਟ 'ਚ ਜ਼ਰੂਰ ਐਡ ਕਰੋ ਬਟ ਇੱਕ ਗੱਲ ਦੱਸਦਾ ਯਾਰ ਮੈਂ ਸਿਰਫ ਇਹ ਸਪਲੀਮੈਂਟ ਲੈਣਾ ਕੁਛ ਨਹੀਂ ਹੋਣਾ ਅਗਰ ਤੁਹਾਡੀ ਡਾਈਟ ਅੱਛੀ ਨਹੀਂ ਹੈਗੀ ਤੁਸੀਂ ਡਾਈਟ ਅੱਛੀ ਕਰੋ ਨਾਲ ਸਪਲੀਮੈਂਟ ਲਓ ਨਾਲ ਅੱਛਾ ਵਰਕਆਊਟ ਕਰੋ ਇਜ਼ ਇਕਵਲ ਟੂ ਪ੍ਰੋਪਰ ਵੈਲਨੈਸ ਆਫ ਦੀ ਬਾਡੀ ਸੋ ਵਾਟ ਆਰ ਯੂ ਵੇਟਿੰਗ ਫੋਰ ਯੂ ਕੈਨ ਬਾਈ ਦਿਸ ਪਲਾਂਟ ਬੇਸਡ BCAA ਬਾਈ ਵਾਓ ਲਾਈਫ ਸਾਇੰਸ ਲਿੰਕਸ ਆਰ ਇਨ ਦੀ ਡਿਸਕ੍ਰਿਪਸ਼ਨ ਐਂਡ ਯੂ ਕੈਨ ਬਾਈ ਦਿਸ ਫਰੋਮ ਦੇਅਰ ਆਫੀਸ਼ੀਅਲ ਵੈਬਸਾਈਟ ਉੱਥੇ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਣਾ ਮੇਰਾ ਕੂਪਨ ਕੋਡ ਐਡ ਕਰ ਦਿਓ ਦੈਟ ਇਜ਼ ਅਮਨ ਔਜਲਾ 20 ਗੋ ਐਂਡ ਬਾਈ ਐਂਡ ਡੋਨਟ ਫੋਰਗੇਟ ਡਾਈਟ ਪਲੱਸ ਐਕਟੀਵਿਟੀ ਪਲੱਸ ਵਾਓ ਸਪਲੀਮੈਂਟਸ ਇਜ਼ ਇਕਵਲ ਟੂ ਵੈਲਨੈਸ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਵੀ ਇਹਨਾਂ ਯੂਟਿਊਬਰਸ ਨੂੰ ਇੱਕ ਸਟੂਡੀਓ ਵਿੱਚ ਬਹਿ ਕੇ ਬਣਾਈ ਗਈ ਟ੍ਰਿਬਿਊਟ ਵੀਡੀਓ ਤੇ ਇੱਕ ਅੰਤਿਮ ਸੰਸਕਾਰ ਵਾਲੇ ਵਲੌਗ ਵਿੱਚ ਕੋਈ ਫਰਕ ਨਹੀਂ ਦਿਸਿਆ ਤੇ ਮੈਂ ਕਦੋਂ ਕਹਿੰਦਾ ਤੁਸੀਂ ਜਾ ਕੇ ਵਲੌਗਸ ਬਣਾਏ ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਵੀਡੀਓਜ਼ ਐਟਲੀਸਟ 15-20 ਦਿਨ ਬੰਦ ਕਰ ਦਿੱਤੀਆਂ ਜਾਣ ਨਾ ਬਣਾਈਆਂ ਜਾਣ ਬਾਈ ਜੀ ਜਿਹੜੇ ਪਿੰਡ ਵਿੱਚ ਐਸੀ ਮੰਦਭਾਗੀ ਘਟਨਾ ਹੋ ਜਾਏ ਨਾ ਉਹ ਪੂਰੇ ਪਿੰਡ 'ਚ ਤਾਂ ਕਿੰਨੇ ਦਿਨ ਚੁੱਲ੍ਹਾ ਤੱਕ ਨਹੀਂ ਬਲਦਾ ਤੇ ਤੁਸੀਂ 12 ਘੰਟੇ ਵੇਟ ਨਹੀਂ ਕੀਤੇ ਤੇ ਚੱਕੋ ਟ੍ਰਿਬਿਊਟ ਤੇ ਬਾਈ ਜੀ ਤੁਸੀਂ ਉਦਾਂ ਦੇ ਵਲੌਗਸ ਨਹੀਂ ਬਣਾਏ ਮੈਂ ਸਮਝਦਾ ਪਰ ਆਹ ਜਿਹੜੀਆਂ ਚੀਜ਼ਾਂ ਕੀਤੀਆਂ ਤੁਸੀਂ ਵੀ ਉਹ ਵਲੌਗਰਾਂ ਉਹ ਘਟੀਆ ਕੰਟੈਂਟ ਕ੍ਰੀਏਟਰ ਦੀ ਕੈਟਾਗਰੀਜ਼ ਵਿੱਚ ਆ ਗਏ ਤੇ ਮੈਨੂੰ ਇਸ ਗੱਲ ਦਾ ਯਾਰ ਸੀਰੀਅਸਲੀ ਦੱਸਾਂ ਮੈਨੂੰ ਅਫਸੋਸ ਆ ਇਸ ਗੱਲ ਦਾ ਕਿ ਅੱਜ ਮੈਨੂੰ ਤੁਹਾਨੂੰ ਰਿਪਲਾਈ ਵੀਡੀਓ ਕਰਕੇ ਸਮਝਾਉਣਾ ਪੈ ਰਿਹਾ ਤੇ ਬਾਈ ਜੀ ਮੈਂ ਤੁਹਾਨੂੰ ਦੱਸ ਚੁੱਕਾ ਮੈਂ ਸੱਚ ਬੋਲੂੰਗਾ ਯਾਰ ਤੇ ਮੈਂ ਸੱਚ ਬੋਲਦਾ ਰਹੂੰਗਾ ਭਾਵੇਂ ਉਹ ਕੋੜਾ ਲੱਗੇ ਲੇਕਿਨ ਮੈਂ ਸੱਚ ਬੋਲਦਾ ਰਹੂੰਗਾ ਐਂਡ ਕਈ ਤਾਂ ਇਹ ਵੀ ਕਹਿ ਰਹੇ ਨੇ ਵੀ ਪਹਿਲਾਂ ਤਾਂ ਸਿੱਧੂ ਮੂਸੇਵਾਲੇ ਨੂੰ ਬਸ ਮਾੜਾ ਬੋਲਦਾ ਸੀ ਅੱਜ ਜੋ ਸਾਡੇ ਵਿੱਚ ਨਹੀਂ ਰਿਹਾ ਤੇ ਉਹਦੀ ਤਾਰੀਫ ਕਰਕੇ ਸਿੰਪਥੀ ਇਕੱਠੀ ਕਰਨ ਦਿਆ ਇੱਕ ਵਾਰ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕਿ ਅਸੀਂ ਇਸ ਪਲੇਟਫਾਰਮ ਤੇ ਸਿੱਧੂ ਮੂਸੇਵਾਲੇ ਦੇ ਚੰਗੇ ਕੰਮ ਨੂੰ ਕਦੇ ਵੀ ਅਪਰੀਸ਼ੀਏਟ ਨਹੀਂ ਕੀਤਾ ਬਿਲਕੁਲ ਕੀਤਾ ਹੈ ਮੈਂ ਐਗਰੀ ਕਰਦਾ ਗਾਇਸ ਇਸ ਗੱਲ ਨਾਲ ਕਿ ਸਰਦਾਰ ਵੀਰਾ ਆਪਣਾ ਇੰਨਾ ਵੀ ਗਲਤ ਨਹੀਂ ਹੈਗਾ ਮਾੜਾ ਨਹੀਂ ਹੈਗਾ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਪ੍ਰਮੋਟ ਵੀ ਕੀਤਾ ਪੋਜ਼ਿਟਿਵਿਟੀ ਵੀ ਦਿਖਾਈ ਹੈ ਬਟ 20-30% 70% ਬਾਈ ਜੀ ਤੁਸੀਂ ਨਾ ਚਾਹੁੰਦੇ ਨਾ ਚਾਹੁੰਦੇ ਨੈਗੇਟਿਵਿਟੀ ਦਿਖਾਈ ਹੈ ਕਿਉਂਕਿ ਉਹ ਚੀਜ਼ਾਂ ਚੱਕ ਕੇ ਤੁਸੀਂ ਨੈਗੇਟਿਵਿਟੀ ਦਿਖਾਈ ਹੈ ਮੰਨ ਲਓ ਇੱਕ ਵਾਰ ਆਪਣੇ ਦਿਲ ਤੇ ਹੱਥ ਧਰ ਕੇ ਦੱਸਿਓ ਕਿ ਅਸੀਂ ਇਸ ਪਲੇਟਫਾਰਮ ਤੇ ਸਿੱਧੂ ਮੂਸੇਵਾਲੇ ਦੇ ਚੰਗੇ ਕੰਮ ਨੂੰ ਕਦੇ ਵੀ ਅਪਰੀਸ਼ੀਏਟ ਨਹੀਂ ਕੀਤਾ ਬਿਲਕੁਲ ਕੀਤਾ ਹੈ ਜੇ ਤੁਹਾਨੂੰ ਵੀ ਇਦਾਂ ਲੱਗਦਾ ਹੈ ਵੀ ਨਹੀਂ ਕੀਤਾ ਤਾਂ ਇੱਕ ਵਾਰ ਆਹ ਕਲਿੱਪਸ ਜ਼ਰੂਰ ਵੇਖ ਲਿਓ ਮੈਂ ਖੁਦ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹਾਂ ਕਿਉਂਕਿ ਜਿਸ ਤਰ੍ਹਾਂ ਦੇ ਗੀਤ ਅਸੀਂ ਸਭ ਜਾਣਦੇ ਹਾਂ ਮੂਸੇਵਾਲਾ ਲਿਖਦਾ ਕੋਈ ਹੋਰ ਨਹੀਂ ਲਿਖ ਸਕਦਾ ਪਰ ਇਸ ਸਾਲ ਉਹਦੇ ਜਿਹੜੇ ਗਾਣਿਆਂ ਨੇ ਨਾ ਸਿਰਫ ਉਹਦੇ ਫੈਨਸ ਬਲਕਿ ਉਹਦੇ ਕ੍ਰਿਟਿਕਸ ਨੂੰ ਵੀ ਖੁਸ਼ ਕਰ ਦਿੱਤਾ ਬ੍ਰੋ ਇਹ ਤਾਂ ਹੁਣ ਸੱਚੀ ਦੋਗਲਾਪਨ ਹੋ ਗਿਆ ਮੈਂ ਬਹੁਤ ਰੇਅਰਲੀ ਤੁਹਾਡੀ ਵੀਡੀਓਜ਼ ਦੇਖੀਆਂ ਨੇ ਮੈਂ ਉਹਦੇ ਵਿੱਚ ਮੈਂ ਰੇਅਰਲੀ ਦੇਖਿਆ ਤੁਸੀਂ ਬਾਈ ਜੀ ਦੀ ਤਾਰੀਫ ਕੀਤੀ ਹੋਵੇ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਤੁਸੀਂ ਤਾਰੀਫ ਦੇ ਪੁੱਲ ਬਣ ਰਹੇ ਹੋ ਤੇ ਇਹ ਦੋਗਲਾਪਨ ਕਹਿੰਦੇ ਇਹਨੂੰ ਤੇ ਆ ਜਿਹੜੀਆਂ ਤੁਸੀਂ ਕਲਿੱਪਸ ਦਿਖਾ ਰਹੇ ਹੋ ਇਹ ਤਾਂ ਤੁਸੀਂ ਆਪਣੀ ਵੀਡੀਓਜ਼ ਵਿੱਚ ਪੋਜ਼ਿਟਿਵ ਚੀਜ਼ਾਂ ਐਡਿਟ ਕਰਕੇ ਉਹ ਕਲਿੱਪਸ ਚਲਾ ਰਹੇ ਹੋ ਆਪਣੀ ਇਮੇਜ ਸੁਧਾਰਨ ਲਈ ਇਮੇਜ ਸੁਧਾਰਨੀ ਸੀ ਤੁਸੀਂ ਉਸੇ ਟਾਈਮ ਵੀਡੀਓ ਡਿਲੀਟ ਕਰਦੇ ਤੁਸੀਂ ਉਸੇ ਟਾਈਮ ਵੀਡੀਓ ਡਿਲੀਟ ਕਰ ਦਿੰਦੇ ਤੇ ਤੁਸੀਂ ਪਾ ਦਿੰਦੇ ਪੋਸਟ ਕਿ ਯਾਰ ਮੈਂ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ ਮੈਨੂੰ ਸਮਝ ਨਹੀਂ ਮੈਂ ਸ਼ੌਕ ਵਿੱਚ ਸੀ ਮੈਂ ਮਤਲਬ ਵੀਡੀਓ ਬਣਾਤੀ ਤੇ ਮੈਂ ਗਲਤੀ ਹੋ ਗਈ ਮੈਂ ਡਿਲੀਟ ਕਰਤੀ ਵੀ ਅੱਗੇ ਤੋਂ ਇਦਾਂ ਦਾ ਨਾ ਹੋਊਗਾ ਉਹ ਹੁੰਦੀ ਹੈ ਸਮਝਦਾਰੀ ਲੇਕਿਨ ਤੁਸੀਂ ਇੱਕ ਤਾਂ ਗਲਤੀ ਕੀਤੀ ਤੇ ਉਸ ਤੋਂ ਬਾਅਦ ਹੋਰ ਦੋ ਵੀਡੀਓਜ਼ ਪਾਤੀਆਂ ਤੇ ਹੁਣ ਰਿਪਲਾਈ ਵੀਡੀਓ ਬਣਾ ਰਹੇ ਹੋ ਮਤਲਬ ਉਹ ਲੱਖਾਂ ਲੋਕ 15-16 ਲੱਖ ਵਿਊ ਆਇਆ ਮੇਰੀ ਪਹਿਲੀ ਵੀਡੀਓ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਵੀਡੀਓ ਨਾ ਬਣਾਓ ਵੀਰੇ ਪਲੀਜ਼ ਨਾ ਬਣਾਓ ਵੀਡੀਓ ਐਟਲੀਸਟ 15 ਦਿਨ ਵੇਟ ਕਰ ਲਓ ਜਿੱਥੇ ਸਾਰੀ ਇੰਡਸਟਰੀ ਖੜ ਗਈ ਸੀ ਤੁਸੀਂ ਨਹੀਂ ਕੱਢ ਸਕਦੇ ਸੀ ਬਟ ਤੁਸੀਂ ਉਹ ਗਲਤੀ ਕਰਕੇ ਉਹਨੂੰ ਫਿਰ ਉਹੀ ਗੋਲ ਮਟੋਲ ਕਰਕੇ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਕੇ ਤੁਸੀਂ ਗੱਲਾਂ ਗੋਲ ਕਰਕੇ ਪ੍ਰੈਜ਼ੈਂਟ ਕੀਤੀਆਂ ਤੇ ਉਹਦੇ ਵਿੱਚ ਵੀ ਤੁਸੀਂ ਫੜੇਗੇ ਗੱਲ ਸਿਰਫ ਇਹ ਨਹੀਂ ਹੈ ਵੀ ਸ਼ੁਰੂ ਤੋਂ ਹੀ ਇਸ ਪਲੇਟਫਾਰਮ ਤੇ ਓਨੈਸਟ ਰਿਵਿਊਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਚੰਗੀ ਚੀਜ਼ ਨੂੰ ਚੰਗਾ ਤੇ ਮਾੜੀ ਚੀਜ਼ ਨੂੰ ਮਾੜਾ ਕਹਿਣ ਦੀ ਹਿੰਮਤ ਦਿਖਾਈ ਹੈ ਪਰ ਇਹ ਨਿੱਕੀ ਜੀ ਗੱਲ ਬਥੇਰੇ ਲੋਕਾਂ ਦੇ ਪੱਲੇ ਨਹੀਂ ਪੈਂਦੀ ਉਹ ਯਾਰ ਵੀਰੇ ਜਦ ਉਸ ਸ਼ਖਸੀਅਤ ਨੇ ਤੁਹਾਨੂੰ ਮਨਾ ਕਰਤਾ ਸੀ ਵੀ ਮੇਰੇ ਤੇ ਰਿਵਿਊ ਨਾ ਬਣਾ ਫਿਰ ਤਾਂ ਤੁਸੀਂ ਰੁਕ ਜਾਂਦੇ ਤੁਸੀਂ ਰੁਕੇ ਕਿਉਂ ਨਹੀਂ ਲੱਗਦਾ ਤੁਹਾਨੂੰ ਆ ਬਾਰ-ਬਾਰ ਸੁਣਾਉਣੀ ਪੈਣੀ ਹੈ ਗੱਲ ਓਏ ਲੋ ਰੂ ਤੇ ਯੂ ਮੰਗੇ ਕਿ ਸੈਨੇ ਚਲੋ ਐਮ ਫੋਲੋ ਕਰ ਮੈਨੂੰ ਕੁਸਾ ਥੋੜੇ ਦਿਨ ਪਹਿਲਾਂ ਇੱਕ ਗਾਇਕ ਨੇ ਸਿੱਧੂ ਮੂਸੇਵਾਲੇ ਨਾਲ ਕੀਤੀ ਗਈ ਆਪਣੀ ਇੱਕ ਪੁਰਾਣੀ ਕਾਲ ਨੂੰ ਪਬਲਿਕ ਕਰ ਦਿੱਤਾ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਫੈਮਿਲੀ ਨੇ ਇਸ ਗੱਲ ਤੇ ਇਤਰਾਜ਼ ਵੀ ਜਤਾਇਆ ਤੇ ਲੋਕਾਂ ਨੂੰ ਅਜਿਹਾ ਕਰਨ ਤੋਂ ਮਨਾ ਵੀ ਕੀਤਾ ਪਰ ਇੱਕ
नहीं आई, वो हजे भी लोगों नाल अपनियां प्राइवेट चैटां लीक करन ते लगा है। भाई जी सीरियसली दसा, दुध गिलास गर्म करके एक चम्मच बॉर्नविटा पा के पिया करो, शक्ति मिलेगी थोड़ी जी, नाल वो जिहड़ा मैं BCAA दसिया वो भी पी लिया करो, उहदे नाल भी तंदुरुस्ती रहेगी, वैलनेस रहेगी बॉडी की, थोड़ी तुहानूं चुस्ती फुर्ती आऊगी भी की करना मैं, किहड़ी गल नूं तुसीं कित्थे जोड़ी जांदे हो यार। दूजे पासे जदों भगवंत मान ते राहुल गांधी ने ना सिर्फ ट्वीट कीता बल्कि मूसा पिंड जाके सिद्धू मूसेवाले दे घर वाले नाल अफसोस भी जाहिर कीता, तां वी लोकी गल्लां कर रहे सन भी आ गए ने राजनीति करन। ठीक है यार, अगले आए ने राजनीति करन, पर तुसी जिहड़े ट्वीट कर रहे ने उहनां ते भी कसूर कढ रहे हो, जिहड़े नहीं कर रहे उहनां ते भी कसूर कढ रहे हो। उसे तरह जिहड़े गायक मूसा पिंड गए ते उत्थे जाके उहनां ने कोई स्टोरी या फोटो पा दित्ती, लोक उहनां नूं भी गल्लां कर रहे सन भी इत्थे तुसी फोटोआं खिचाउण आए हो। दूजे पासे जिहड़े कलाकारां ने फोटो नहीं पाई, लोक उहनां 'च भी कसूर कढ रहे सन भी इह तां गए नहीं मूसा पिंड, इहनां ने ते उहनां दे घर जाके अफसोस तक नहीं जाहिर कीता। जिहड़े फोटो पाउण उह वी माड़े, जिहड़े ना पाउण उह वी माड़े, जिहड़े उत्थे जाण जाके अफसोस करन उह वी माड़े, जिहड़े ना जाण ते अफसोस ना करन उह वी माड़े। ते गाइज़ यार जरूरी नहीं हैगा कि बाई जी दीआं सारीआं गल्लां गलत ने, जिहड़ीआं आह गल्लां कहीआं खरियां गल्लां कहीआं सच्चियां गल्लां कहीआं, इह 'च मैं एग्री वी करदा। बाई जी लगदा मेरी वीडियो देख देख थोड़े समझदार हो गए। गजब टुबी आवाज़ आदमी, जे तुहाडे हत्थ फोन है ते इहदा मतलब इह नहीं वी तुसी सोशल मीडिया ते आ के कुछ भी बकी जाओगे कि एक मिनट लई असीं सभ नूं अपने हाल ते नहीं छड्ड सकदे, इन्ने बेगैरत क्यों हो गए आपां। सोशल मीडिया ते आ के मोरल पुलिसिंग बंद कर दो यार, इन्ने ऐं कीता, इन्ने ऐं क्यों कीता, इन्ने ऐं क्यों नहीं कीता, कुछ नहीं रखिया इन्हां कम्मां विच। लास्ट विच सरदार जी ने जिहड़ियां गल्लां कहीआं सारीआं खरीआं कहीआं, वधिया गल्लां कीतीआं ने ते मैं एग्री वी करदा, सियाणीआं गल्लां कीतीआं ने, इह सच कहा बाई जी ने। ते यार मैं देखिआ तुसीं ना जाके बाई जी दे चैनल ते हेट फैला रहे हो, कॉमेंट्स विच थोड़ी जिहीआं इदां लैंग्वेज यूज़ कर रहे हो, प्लीज़ ना करो यार। मैं बाई जी नाल कोई मेरा परसनल इशू नहीं हैगा, मैं कोई हेट नहीं करता, इंसान वधिया ने सरदार टेक भाई, वधिया सोच दे मिजाज दे बंदे ने, बट कदे कदे हो जांदा वी एक गलतियां हो जांदियां कदे कदे, भाई कोई चक्कर नहीं हैगा। इह जस्ट ना उन्होंने अपना ओपीनियन दिता सी, मैं अपना देता ओपीनियन, इट्स जस्ट अ हैल्दी डिबेट, इहनूं हैल्दी डिबेट समझो, इट्स नॉट अ रोस्ट वीडियो, मैं कोई हेट नहीं दे रहा। तो तुसीं वी प्लीज़ जिहड़े देखदे मैनूं चाहुण वाले जाके हेट ना दिओ, अगर तुहानूं ज़्यादा ही झुल मचदी आ वी मैं कमेंट करना ही आ जाके उत्थे वीडियो ते, तां जाके तुसीं गैट वैल सून सरदार जी कर सकदे हो, मतलब थोड़ी जी पॉजिटिविटी विशेज़ दे सकदे हो, कॉमेडी विशेज़ दे सकदे हो, लेकिन हेट या किसी नूं माड़ा नहीं कहना। ते गाइज़ अज लई इन्ना ही सी, ते मेरे हिसाब नाल बाई जी ते लास्ट ही वीडियो है मेरी, एंड ते फिर मैं कहना हेट ना दिओ, इंसान चंगा वा बाई जी, हो गया जो हो गया, ठीक है जी, चलो सति श्री अकाल जी। ओए लड़ू तू यार, यू मंगे के सेने, चलो अब फॉलो कर मेनू, कुसा 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 कुसा।